ਤੋਂ 15 ਦਿਨ ਹੋ ਗਏ ਜੀ ਸਾਨੂੰ ਇੱਥੇ ਖੱਜਲ ਖਰਾਬ ਹੁੰਦਿਆਂ ਨੂੰ ਮਾਲ ਪਿਆ ਜੀ ਮਾਲ ਸੁੱਕੀ ਜਾਂਦਾ ਔਰ ਗਲੀ ਜਾਂਦਾ ਥੱਲੋਂ ਗੱਟ ਸਿਉਂ ਖਾਈ ਜਾਂਦੀ ਹੈ ਜੀ ਸਾਡੇ ਬਾਵਜੂਦ ਮਾਰਕ ਫੈਡਰ ਦੇ ਇੰਸਪੈਕਟਰ ਅਤੇ ਹਰਪ੍ਰੀਤ ਸਿੰਘ ਜੀ ਨੂੰ ਕਿਹਾ ਵੀ ਸਾਡਾ ਮਾਲ ਚੁਕਾਓ ਸਾਨੂੰ ਕਹਿੰਦੇ ਟਰੱਕ ਨਹੀਂ ਦਿੰਦੇ ਜੀ ਸਾਨੂੰ ਬਹੁਤ ਬੁਰਾ ਹਾਲ ਹੈ ਜੀ ਅੱਜ ਕਰੀਬ ਰਾਤ ਨੂੰ ਸਾਡਾ 1:30 ਵਜੇ 100-125 ਗੱਟਾ ਚੱਕਿਆ ਗਿਆ ਜੀ ਉਹਦਾ ਜ਼ਿੰਮੇਵਾਰ ਦੱਸੋ ਜੀ ਕੌਣ ਹੈ ਸਾਰੀ ਰਾਤ ਤਾਂ ਸਾਰਾ ਦਿਨ ਕੰਮ ਕਰਦੇ ਨੇ ਸਾਡੇ ਮੁਲਾਜ਼ਮ ਮਜ਼ਦੂਰ ਵਿਚਾਰੇ ਭਾਈ ਉਹ ਰਾਤ ਨੂੰ 12-1 ਵਜੇ ਪੈਂਦੇ ਨੇ ਜੀ ਉਹਨਾਂ 'ਚੋਂ ਵੀ ਉੱਠ ਉੱਠ ਕੇ ਵਿਚਾਰੇ ਦੇਖਦੇ ਰਹਿੰਦੇ ਨੇ ਵਾਰੀ ਸਰ ਜੀ ਇਹਨਾਂ ਦਾ ਕੀ ਕਸੂਰ ਹੈ ਜੀ ਦੱਸੋ ਹੁਣ ਉਹਦੀ ਭਰਪਾਈ ਕੌਣ ਕਰ ਸਕਦਾ ਜੀ ਸਾਡੀ ਜਿਹੜਾ ਮਾਲ ਚੱਕਿਆ ਗਿਆ ਜੀ ਤੁਹਾਡੀ ਮੰਡੀ ਕਿੱਥੇ ਥਾਣੇ ਦੇ ਨੇੜੇ ਹੈ ਥਾਣੇ ਦੇ ਕੋਲੇ ਆ ਜੀ ਯਾਤਰੀ ਨਿਵਾਸ ਦੀ ਬੈਕ ਸਾਈਡ ਕੰਧ ਟਪਾ ਕੇ 100-125 ਗੱਟਾ ਚੱਕਿਆ ਗਿਆ ਜੀ ਸਾਡਾ ਥਾਣੇ ਦੇ ਬਿਲਕੁਲ ਸਾਹਮਣੇ ਹੈ ਜੀ ਸਾਡੀ ਮੰਡੀ ਸਮੱਸਿਆ ਤਾਂ ਜੀ ਆਏ ਸਾਲ ਹੀ ਹੁੰਦੀਆਂ ਇਹ ਮੰਡੀ ਦੀਆਂ ਜਿਵੇਂ ਅਸੀਂ ਤਾਂ ਇਹ ਕਹਿਣਾ ਹੁੰਦੇ ਹਾਂ ਜਦੋਂ ਮੰਡੀ ਦੇ ਵਿੱਚ ਕੋਈ ਵੀ ਸਿਆਸੀ ਬੰਦਾ ਆ ਕੇ ਬੋਲੀ ਲਾਉਂਦਾ ਨਾ ਸ਼ੁਰੂ ਕਰਕੇ ਜਾਣਾ ਹੁੰਦਾ ਤਾਂ ਅਸੀਂ ਬੇਨਤੀ ਕਰਦੇ ਹੁੰਦੇ ਹਾਂ ਇਸ ਤੋਂ ਬਾਅਦ 'ਚ ਵੀ ਸਾਡੀ ਪੁੱਛ ਪੜਤਾਲ ਕੀਤੀ ਜਾਵੇ ਉਦੋਂ ਸਾਡੇ ਤਲਵੰਡੀ ਦੇ ਲੋਕਲ ਬੰਦੇ ਜਿਹੜੇ ਮੂਹਰੇ ਆਗੂ ਬੰਦੇ ਉਹ ਵੀ ਆਉਂਦੇ ਸੀ ਉਹਨਾਂ ਨੂੰ ਬੇਨਤੀਆਂ ਕੀਤੀਆਂ ਵੀ ਬਹੁਤ ਵਧੀਆ ਧੰਨਵਾਦ ਤੁਹਾਡਾ ਤੁਸੀਂ ਸਾਡੇ ਮੰਡੀ ਸ਼ੁਰੂਆਤ ਕਰਕੇ ਜਾਂਦੇ ਹੋ ਪਰ ਇਸ ਤੋਂ ਬਾਅਦ 'ਚ ਚੱਲਦੀ ਮੰਡੀ ਦੇ ਵਿੱਚ ਹੀ ਸਾਡੇ ਮਾੜੀ ਮੋਟੀ ਪੁੱਛ ਪੜਤਾਲ ਕਰਾਇਆ ਕਰੋ ਹੁਣ ਅਸੀਂ ਬੋਲੀ ਤੋਂ ਬਾਅਦ 2 ਦਿਨਾਂ ਬਾਅਦ ਸਾਡੀ ਜਿਹੜੀ ਸਮੱਸਿਆਵਾਂ ਸ਼ੁਰੂ ਹੋ ਗਈਆਂ ਸੀਗੀਆਂ ਪ੍ਰੋਪਰ ਬੋਲੀਆਂ ਨਹੀਂ ਲੱਗੀਆਂ ਬੋਲੀਆਂ ਲੱਗੀਆਂ ਬਾਰਦਾਨਾ ਨਹੀਂ ਮਿਲਿਆ ਜੇ ਬਾਰਦਾਨਾ ਲੜ ਲੁੜ ਕੇ ਲੈ ਕੇ ਆਏ ਕਿਤੇ ਆਪਦੀਆਂ ਟਰੈਕਟਰ ਟਰਾਲੀਆਂ 'ਤੇ ਲੈ ਕੇ ਆਉਂਦੇ ਹਾਂ ਕਿਤੇ ਕਿਤੋਂ ਤੁਹਾਨੂੰ ਭਰਤਾ ਤਾਂ ਹੁਣ ਚੱਕਿਆ ਨਹੀਂ ਜਾਂਦਾ ਹੁਣ 20-21 ਤਰੀਕ ਦੀਆਂ ਜਿਹੜੇ ਬੋਲੀਆਂ ਲੱਗੀਆਂ ਹੋਈਆਂ ਉਹ ਮਾਲ ਪਏ ਆ ਅਤੇ ਅਸੀਂ ਲਿਖਤੀ ਰੂਪ 'ਚ ਸੈਕਟਰੀ ਸਾਹਿਬ ਨੂੰ SDM ਸਾਹਿਬ ਅਤੇ DC ਸਾਹਿਬ ਨੂੰ ਲੈਟਰ ਦੇ ਤਾ ਸੀਗਾ ਵੀ 72 ਘੰਟਿਆਂ ਬਾਅਦ ਅਸੀਂ ਕਿਸੇ ਵੀ ਇੰਸਪੈਕਟਰ ਕਿਸੇ ਵੀ ਏਜੰਸੀ ਨੂੰ ਨਾ ਸ਼ੋਰਟੇਜ ਦੇਈਏ ਕੱਲ੍ਹ ਨੂੰ ਕੋਈ ਗੱਟਾ ਫੜਦਾ ਗਾ ਤੁਸੀਂ ਕਹੋ ਅਸੀਂ ਲਹਾਉਣਾ ਨਹੀਂ ਆ ਨਾ ਅਸੀਂ ਉਹਦੇ ਜ਼ਿੰਮੇਵਾਰ ਹਾਂ ਚੋਰੀ ਵਾਲੀ ਲੈਣ ਅਸੀਂ ਵਿੱਚ ਪਾਈ ਹੋਈ ਸੀਗੀ ਹੁਣ ਸਾਡੇ 5ਵੀਂ ਚੋਰੀ ਹੋਈ ਅੱਜ ਪਹਿਲਾਂ 5 ਗੱਟੇ 10 ਗੱਟੇ ਫਿਰ 20-30 ਗੱਟੇ ਹੋ ਗਏ ਫਿਰ ਕਿਤੇ 35 ਹੋ ਗਏ ਅੱਜ 110-115 ਗੱਟੇ ਚੋਰੀ ਹੋ ਗਏ ਅਸੀਂ ਲਿਖਤੀ ਰੂਪ 'ਚ ਇਹ ਸੈਕਟਰੀ ਸਾਹਿਬ ਨੂੰ SDM ਸਾਹਿਬ ਨੂੰ DC ਨੂੰ ਪਹਿਲਾਂ ਦਿੱਤਾ ਹੋਇਆ ਸੀਗਾ ਅੱਜ ਫਿਰ ਸੁਬਾਹ ਅਸੀਂ 7 ਵਜੇ ਦੇ ਇੱਥੇ ਆਏ ਹੋਏ ਹਾਂ ਇਹ ਜਿਹੜੀ ਚੋਰੀ ਦਾ ਜਿਹੜੀ ਸੰਭਾਵਨਾ ਰਾਤ ਨੂੰ 12-3 ਵਜੇ ਹੋਈ ਹੈ ਥਾਣੇ ਦੇ ਵਿੱਚ ਅਸੀਂ ਐਪਲੀਕੇਸ਼ਨ ਦੇ ਕੇ ਆਏ ਹਾਂ ਹਜੇ ਉਹਨਾਂ ਨੇ ਪੱਕੀ ਰਾਬਟ ਨਹੀਂ ਪਾਈ 11 ਵੱਜ ਗਏ ਕੋਈ ਵੀ ਕਿਸੇ ਕੰਪਨੀ ਦਾ ਇੰਸਪੈਕਟਰ ਸਾਡੇ ਕੋਲ ਪਹੁੰਚਿਆ ਨਹੀਂ ਗਾ ਅਸੀਂ ਆਪਦਾ ਰੋਟੀ ਪਾਣੀ ਨਾਸ਼ਤਾ ਇੱਥੇ ਬਹਿ ਕੇ ਕੀਤਾ ਸੈਕਟਰੀ ਸਾਹਿਬ ਸਾਡੀ ਬੇਨਤੀ 'ਤੇ ਪਹੁੰਚ ਗਏ ਸੀ ਉਹਨਾਂ ਨਾਲ ਜਾ ਕੇ ਅਸੀਂ ਮੌਕਾ ਦਿਖਾਤਾ ਮੌਕੇ ਦੇ ਉੱਤੇ ਦੇਖਿਆ ਉਹਨਾਂ ਨੇ ਵਾਕਈ ਵੀ ਕਣਕ ਚੋਰੀ ਹੋਈ ਹੈ ਉਹਦੀ ਜਿਹੜੀ ਤਫਤੀਸ਼ ਆ ਉਹ ਹਜੇ ਥਾਣੇ ਵਾਲੇ ਕਰਨਗੇ